ਅੱਜ ਦੋਸਤੋ ਮੈਂ ਤੁਹਾਡਾ ਅੰਕਲ ਸੂਰਜ ਅੱਜ ਮੈਂ ਜਾ ਰਿਹਾ ਵਾਂ ਗੋਜਰੇ ਉੱਥੇ ਵਿਜ਼ਿਟ ਵੀ ਕਰਾਂਗੇ ਨਾਲ ਮਾਰਕੀਟ ਵੀ ਕਰਾਂਗੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਅੱਛੀ ਤੋਂ ਅੱਛੀ ਵੀਡੀਓ ਦੇ ਸਕਦੇ ਬਾਕੀ ਰਸਤੇ ਮਿਲਾ ਮੁਲਾਕਾਤ ਹੋਏਗੀ ਖੁਦਾ ਦੋਸਤੋ ਮੈਂ ਬੱਸ ਸਟੈਂਡ 'ਤੇ ਪਹੁੰਚ ਗਿਆ ਮੈਂ ਤੁਹਾਡੀ ਗੱਡੀ ਆਈ ਉਹਦੇ 'ਚ ਬੈਠ ਕੇ ਦੱਸੇ ਲੱਗੇ ਸਫ਼ਰ ਸ਼ੁਰੂ ਕਰਾਂਗੇ ਅਤੇ ਬੱਸ ਦਾ ਇੰਤਜ਼ਾਰ ਆ ਪੂਰੀ ਬੱਸ ਆਈ ਸਵਾਰ ਹੋ ਜਾਏਗੀ ਇਨਸ਼ਾ ਅੱਲਾਹ ਦੋਸਤੋ ਗੋਜਰੇ ਲਾਰੀ ਅੱਡੇ ਮੈਂ ਪਹੁੰਚ ਗਿਆ ਵਾਂ ਇੱਥੋਂ ਅੱਗੇ ਸ਼ਹਿਰ ਵਾਲੇ ਪਾਸੇ ਜਾਵਾਂਗੇ ਅਤੇ ਮਾਰਕੀਟ ਵੀ ਕਰਾਂਗੇ ਨਾਲੇ ਤੁਹਾਨੂੰ ਉੱਥੇ ਮਜ਼ੀਦ ਹੋਰ ਚੀਜ਼ਾਂ ਇਸ ਵੇਲੇ ਮੈਂ ਜਾ ਰਿਹਾ ਵਾਂ ਸਮੁੰਦਰੀ ਰੋਡ 'ਤੇ ਚੱਲਦਾ ਪਿਆ ਗੋਜਰੇ ਦੇ ਵਿੱਚ ਇੱਥੇ ਚਰਚ ਵੀ ਆਇਆ ਵਾ ਪਾਕ ਦਿਲ ਕੈਥੋਲਿਕ ਚਰਚ ਇਹ ਗੋਜਰੇ ਲਾਰੀ ਅੱਡੇ ਦੇ ਬਿਲਕੁਲ ਕਰੀਬ ਹੀ ਆਇਆ ਵਾ ਗੋਜਰੇ ਦੇ ਵਿੱਚ ਬੜੀ ਆਬਾਦੀ ਆ ਵਾ ਮਸੀਹ ਆਬਾਦੀ ਵੀ ਬਹੁਤ ਜ਼ਿਆਦਾ ਆ ਬੜੀ ਦੁਨੀਆ ਆਬਾਦ ਹੈ ਅੱਛਾ ਰੌਣਕ ਵਾਲਾ ਸ਼ਹਿਰ ਆ ਖੂਬਸੂਰਤ ਸ਼ਹਿਰ ਸਾਫ਼ ਸੁਥਰਾ ਵੀ ਆ ਬਾਕੀ ਅੱਗੇ ਦਾ ਤੁਹਾਨੂੰ ਵੀਡੀਓ ਦਿਖਾਵਾਂਗਾ ਦੋਸਤੋ ਇਹ ਮੂੰਗੀ ਬੰਗਲਾ ਰੋਡ ਹੈ ਵਾ ਸਿੱਧਾ ਜਾਂਦਾ ਮੂੰਗੀ ਬੰਗਲੇ ਅਤੇ ਮਰੀਜ਼ ਵਾਲੇ ਨੂੰ ਇਹ ਰਸਤਾ ਜਾਂਦਾ ਪਿਆ ਜੇ ਮੂੰਗੀ ਬੰਗਲਾ ਰੋਡ ਅਤੇ ਖਿੱਦਰ ਵਾਲੇ ਸਟਾਫ ਇੱਥੋਂ ਵਾਪਸੀ ਜਾਂਦੇ ਆ ਸ਼ਹਿਰ ਵਾਲੇ ਪਾਸੇ ਗੋਜਰੇ ਰੇਲਵੇ ਸਟੇਸ਼ਨ 'ਤੇ ਮੈਂ ਖੜ੍ਹਾ ਵਾਂ ਇਸ ਵੇਲੇ ਮਸਰੂਫ ਤਰੀਨ ਰੇਲਵੇ ਸਟੇਸ਼ਨ ਹੈ ਵਾ ਟ੍ਰੇਨਾਂ ਵੀ ਖਲੋਤੀਆਂ ਹੀ ਆ ਅਤੇ ਜ਼ਰਾ ਸਟੇ ਕਰਦੇ ਹਾਂ ਇੱਥੋਂ ਫੈਸਲਾਬਾਦ ਨੂੰ ਗੱਡੀਆਂ ਜਾਂਦੀਆਂ ਜਾਂ ਇੱਥੋਂ ਫੈਸਲਾਬਾਦ ਤੋਂ ਜਿਹੜੀਆਂ ਗੱਡੀਆਂ ਨਿਕਲਦੀਆਂ ਵਾ ਉਹ ਕਰਾਚੀ ਤੱਕ ਜਾਂਦੀਆਂ ਗੱਡੀਆਂ ਬੜਾ ਮਸਰੂਫ ਰੇਲਵੇ ਸਟੇਸ਼ਨ ਹੈ ਫਲਾਈ ਓਵਰ ਹੈ ਵਾ ਇੱਥੋਂ ਦੀ ਰੇਲਵੇ ਲਾਈਨ ਦੇ ਉੱਪਰ ਹੀ ਗੁਜ਼ਰਨ ਵਾਸਤੇ ਪੈਦਲ ਚੱਲਣ ਲਈ ਰਸਤਾ ਬਣਾਇਆ ਹੋਇਆ ਕੱਚੇ ਬਰਤਨਾਂ ਦੀਆਂ ਦੁਕਾਨਾਂ ਵਾ ਔਰਤਾਂ ਚਲਾ ਰਹੀ ਆ ਉਹ ਲੋਕ ਆਪ ਹੀ ਤਿਆਰ ਕਰਦੇ ਬਰਤਨ ਵਗੈਰਾ ਅਤੇ ਈਦਗਾਹ ਵਾ ਈਦਗਾਹ ਗੋਜਰੇ ਦਾ ਈਦ ਪੜ੍ਹਨ ਦੀ ਨਮਾਜ਼ ਪੜ੍ਹਨ ਵਾਸਤੇ ਜਗ੍ਹਾ ਬਣਾਈ ਹੈ ਈਦਗਾਹ ਕਹਿੰਦੇ ਵੀ ਈਦਗਾਹ ਰੋਡ ਹੀ ਆ ਦੋਸਤੋ ਗੋਜਰੇ ਦਾ ਇਹ ਚੌਂਕ ਹੈਗਾ ਕਲਮਾ ਚੌਂਕ ਇਹਨੂੰ ਕਹਿੰਦੇ ਜਦੋਂ ਮੋਟਰਵੇ ਨੂੰ ਰਸਤਾ ਜਾਂਦਾ ਵਾ ਇੱਧਰ M4 ਨੂੰ ਅਤੇ ਰੌਣਕ ਵਾਲਾ ਚੌਂਕ ਹੈ ਵਾ ਕਾਫੀ ਸ਼ਹਿਰ ਦੇ ਵਿੱਚੋਂ ਜਾਂ ਬੱਸਾਂ ਵੀ ਜਾਂਦੀਆਂ ਮੋਟਰਵੇ ਕਲਮਾ ਵੀ ਲਿਖਿਆ ਅਤੇ ਪਲਾਜ਼ੇ ਹੈ ਵੈਸੇ ਬਾਜ਼ਾਰ ਦੇ ਵਿੱਚ ਕਾਫੀ ਅੱਛੇ ਰੌਣਕ ਵਾਲਾ ਬਾਜ਼ਾਰ ਹੈ ਵਾ ਸਾਰੇ
ਉੱਥੇ ਬੜਾ ਵੱਡਾ ਮਾਰਟ ਹੈ ਵਾ ਅਲ ਫਾਰਕ ਮਾਲ। ਵੱਡੇ ਵੱਡੇ ਬ੍ਰਾਂਡ ਹੈ ਵਾ ਜਿਹਨਾਂ 'ਚ ਦੁਕਾਨਾਂ ਹੈ ਵਾ ਇੱਥੇ ਪੰਜਾਬ ਦੇ ਵਿੱਚ, ਬੋਰਡ ਜਾਣ ਵੀ ਹੈ ਵਾ। ਮੇਨ ਚੌਂਕ ਹੈ ਵਾ ਫੈਸਲਾਬਾਦ ਰੋਡ। ਬਾਹਰ ਚੌਂਕ ਆ ਮੇਨ, ਉੱਥੋਂ ਫੈਸਲਾਬਾਦ ਨੂੰ ਗੱਡੀਆਂ ਜਾਂਦੀਆਂ, ਗੱਡੀਆਂ ਇਸੀ ਟਾਈਮ ਲਾਰੀ ਅੱਡਾ ਅੱਗੇ ਜਾਂ ਲਾਰੀ ਅੱਡੇ ਜਾਵਾਂਗੇ। ਟੋਬਾ ਰੋਡ ਦਾ ਸਾਹਮਣੇ ਲਾਰੀ ਅੱਡਾ ਰੋਡ ਪਰ ਸ਼ੁਰੂ ਹੋਣ ਲੱਗਾ। ਵਾਪਸ ਮੈਂ ਚੱਲਾਂ ਫੈਸਲਾਬਾਦ, ਲਾਰੀ ਅੱਡੇ ਪਹੁੰਚ ਗਿਆ ਮੈਂ, ਇੱਥੋਂ ਗੱਡੀ 'ਚ ਬਹਿ ਕੇ ਵਾਪਸੀ ਦਾ ਸਫ਼ਰ ਸ਼ੁਰੂ ਕਰਦਾ। ਹਾਂਜੀ ਦੋਸਤੋ, ਵਾਪਸ ਫੈਸਲਾਬਾਦ ਮੈਂ ਪਹੁੰਚ ਗਿਆ ਆਪਣੇ ਇਲਾਕੇ ਦੇ ਵਿੱਚ, ਅਤੇ ਉਮੀਦ ਆ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਏਗੀ। ਮੇਰਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਤੁਹਾਨੂੰ ਅੱਛੀ ਤੋਂ ਅੱਛੀ ਵੀਡੀਓ ਦੇ ਸਕਾਂ। ਅਗਲੀ ਵੀਡੀਓ ਦਾ ਖੁਦਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ।